ਉਡੀਕ ਕਰਨੀ ਸਿੱਖੋ, ਉਡੀਕ ਕਰਨੀ ਸਿੱਖੋ। ਇੱਥੋਂ ਦੇ ਲੋਕਲ ਰਹਿਣ ਵਾਲੇ ਹੋ, ਸਾਰੇ ਰਸਤੇ ਦਾ ਪਤਾ ਹੁੰਦਾ ਗਾ, ਗੁਰੂ ਕਿਰਪਾ ਕਰਨ। ਇੰਨੀ ਤੇਜ਼ੀ ਨਾਲ ਕੰਮ ਆ ਨਾ, ਤੇ ਗੱਡੀ ਬੈਕ ਲਓ, ਉਹ ਪਿਛਲੇ ਬੰਨੇ ਵੀ ਹੈਗਾ ਰਸਤਾ। ਵਾਲੀ ਦੋ ਜਹਾਨ ਤੇ ਅਸੀਂ ਆਪਣੀਆਂ ਮਰਜ਼ੀਆਂ ਥੋੜ੍ਹਾ ਕਰਾਂਗੇ ਬਾਈ ਜੀ, ਜਿੰਨਾ ਕੁਝ ਮਰਜ਼ੀ ਕਰੀ ਜਾਓ ਨਹੀਂ ਹੁੰਦਾ ਇਹ ਕੰਮ। ਗੁਰੂ ਕਿਰਪਾ ਕਰਨ ਰਣਤ ਕਰਨਾ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੇਂ ਨੂੰ ਧਿਆਨ ਚ ਰੱਖਦੇ ਮੈਂ ਬਹੁਤ ਥੋੜੇ ਸਮੇਂ ਚ ਕਵਿਤਾ ਤੁਹਾਡੇ ਨਾਲ ਸਾਂਝੀ ਕਰਨੀ ਆ। ਜਿਵੇਂ ਵੀਰ ਜੀ ਸਕੱਤਰ ਸਾਹਿਬ ਪਹਿਲੇ ਪੜਾਅ ਤੇ ਕਹਿ ਕੇ ਗਏ ਨੇ, ਸ਼ਹੀਦ ਪੀਰ ਭਿਖਰ ਸਾਹਿਬ ਜਿਹੜੇ ਅੰਮ੍ਰਿਤ ਵੇਲੇ ਫਜਰ ਦੀ ਨਮਾਜ਼ ਅਦਾ ਕਰਦੇ ਨੇ, ਪਰ ਅੱਜ ਮਨ ਉਚਾਟ ਹੋ ਗਿਆ। ਅੱਜ ਪੱਛਮ ਦੇ ਵੱਲ ਕਾਬੇ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਆਮਦ ਨੂੰ ਮੰਨਦੇ ਆ, ਜਿਹੜੇ ਸਲਾਹ ਦੇ ਮੁਤਾਬਕ ਨਮਾਜ਼ ਅਦਾ ਕਰਦੇ ਆ। ਅੱਜ ਉੱਠ ਕੇ ਪੂਰਬ ਦੇ ਵੱਲ ਨਮਾਜ਼ ਅਦਾ ਕੀਤੀ। ਚੇਲੇ ਘਬਰਾ ਗਏ, ਘਬਰਾਈ ਹੋਈ ਹਾਲਤ ਦੇ ਵਿੱਚ ਪੁੱਛਣਾ ਕਰਦੇ ਕਿ ਪੀਰ ਜੀ ਤੁਸੀਂ ਸਾਨੂੰ ਕਹਿੰਦੇ ਹੋ ਕਿ ਪੱਛਮ ਦੇ ਵਿੱਚ ਮੱਕਾ ਹੈ, ਮੱਕੇ ਦੇ ਵਿੱਚ ਪਾਵਨ ਮੁਕੱਦਸ ਅਸਥਾਨ ਕਾਬਾ ਹੈ, ਕਾਬੇ ਦੇ ਵਿੱਚ ਮੁਹੰਮਦ ਸਾਹਿਬ ਦੀ ਗੋਂਦ ਹਸਤੀ ਹੈ, ਉੱਥੇ ਕਰਦੇ, ਪਰ ਤੁਸੀਂ ਉਲਟ ਬੱਲੇ ਕਿਉਂ ਕਰਦੇ ਹੋ? ਘਬਰਾਏ ਹੋਏ ਜੋ ਪੁੱਛਦੇ ਤੁਹਾਡੀ ਤੁਹਾਡੀ ਟਿਕਟੋਕ ਪੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।